Tugi! ¡Es que se marea, me lo puta! ¡Es que se marea! ¡Es que yo ya! ¡Es que te quedas sin guío de aquí! ¡Es que yo ya! ¡Lee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 
ਆਕੇ ਘਰ ਬਹਿ ਗਈ ਫੋਨ ਚਲਾਣ, ਇਹ ਬਾਜ਼ਾਰ ਗਿਆ। ਹਾਂਜੀ, ਉਹ ਕੋਈ ਗੁਆਂਢੀ ਆਇਆ ਕਹਿੰਦਾ ਤੁਹਾਡੇ ਮੁੰਡੇ ਦੇ ਸੱਟਾਂ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਅਮਨ ਦੀ ਹਸਪਤਾਲ ਲੈ ਕੇ ਗਏ, ਆਓ। ਤੇ ਮੈਂ ਕਿਹਾ ਮੈਨੂੰ ਫੋਨ ਨੰਬਰ ਦਿਓ ਕੋਈ। ਫਿਰ ਮੈਂ ਇਹਦੇ ਨੰਬਰ ਤੇ ਫੋਨ ਕੀਤਾ, ਉਹ ਸਰ ਨੇ SHO ਸਰ ਨੇ ਚੁੱਕ ਲਿਆ। ਮੈਡਮ ਤੁਹਾਡੇ ਹਸਬੈਂਡ ਕੀ ਕਰਦੇ ਨੇ? ਕੱਪੜੇ ਦਾ ਸ਼ੋਰੂਮ ਆ ਸਾਡਾ ਦਰਬਾਰ ਸਾਹਿਬ ਤੇ ਮੈਡਮ। ਕਿੰਨੇ ਵਜੇ ਫੋਨ ਆਇਆ ਜਿਹੜਾ ਕੀ ਨਾਮ? ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ? ਅੱਜ ਕੋਈ ਫੋਨ ਆਈ ਇਹਨੂੰ? ਫਿਰ ਤੋਂ ਮੇਰੇ ਨਾਲ ਆ, ਚਾਰ ਤੁਸੀਂ CCTV ਕਢਾਓ। ਅੱਛਾ ਜੀ, 4 ਵਜੇ ਅਸੀਂ ਰਜਿਸਟਰੀ ਕਰਾਈ, ਫਿਰ ਅਸੀਂ ਗਾਰਡਨ ਐਨਕਲੇਵ ਗਏ, ਆਪਣੀ ਜਗ੍ਹਾ ਦੀ ਬੇਨਤੀ ਕਰਾਈ, ਉੱਥੋਂ ਦੀ ਵੀ ਕਢਾਓ। ਹੈਲੋ, ਫਿਰ ਅਸੀਂ ਉੱਥੋਂ ਰਾਹ ਚੋ ਗੜੀ ਬਣਾਉਣੀ ਸੀ, ਦਹੀਂ ਲੈ ਕੇ ਰਾਹ ਚੋ ਮੋਨੀ ਵਾਲੇ ਚੌਂਕੋਂ ਉਹ ਬੰਦਾ ਮਿਲਿਆ, ਉਹਨੂੰ ਬਰਫੀ ਖਿਲਾਈ, ਵਧਾਈਆਂ ਬਰਫੀ ਖਿਲਾਈ, ਘਰ ਆਇਆ ਕਹਿੰਦਾ ਮੰਮਾ ਪਾਲਕ ਬਚੀ ਪਈ ਆ। ਮੈਂ ਕਿਹਾ ਹਾਂ, ਕਹਿੰਦਾ ਪਕੌੜੇ ਉਹ ਸਭ ਖਾ ਪੀ ਕੇ ਇਹ ਆਪਣਾ ਚੱਲ ਗਿਆ, ਮੈਂ ਆਪਣਾ ਚੱਲ ਗਈ। ਫਿਰ ਇਹਨੇ ਅਜੇ ਪਾਈ। ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ? ਮੈਨੂੰ ਕੁਛ ਵੀ ਨੀ, ਅਸੀਂ ਕਦੀ ਲੜਾਈ ਨਹੀਂ ਕਿਸੇ ਨਾਲ। ਉਸ ਤੋਂ ਬਾਅਦ ਮੇਰੀ ਕਿਡਨੈਪਿੰਗ ਹੋਈ, ਉਸ ਤੋਂ ਬਾਅਦ ਫਿਰ ਧਮਕੀ ਆਈ ਹੋਵੇ ਜਾਂ ਕੋਈ ਲੜਾਈ। ਹਾਂ, ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਇੱਕ ਫੋਨ ਆਇਆ ਵਾ, ਕਹਿੰਦਾ ਇੱਕ 20,000 ਰੁਪਇਆ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ, ਆਪਾਂ ਜਮਾਨਤ ਤੇ ਆਏ ਹੋਏ ਆ। ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਇਆ ਇਹਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਅਰੇਂਜਮੈਂਟ, ਔਰ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈਗੀ ਵੀ ਸਾਨੂੰ ਇੱਕ 20,000 ਰੁਪਇਆ ਦੇ ਦੇ, ਅਸੀਂ ਜਮਾਨਤ ਤੇ ਆਏ ਆ, ਅਸੀਂ ਨਿਕਲਣਾ ਕਿਤੇ। ਇਹ ਕਹਿੰਦਾ ਫਿਰ ਨਿਕਲਣਾ ਤਾਂ ਨਿਕਲੋ, ਮੇਰੇ ਕੋਲ ਕਿਉਂ ਮੰਗਦੇ ਪਏ? ਤੇ ਇਹ ਉਹ ਕਹਿੰਦੇ ਕਿ ਚੱਲ ਕੋਈ ਨੀ ਤੈਨੂੰ ਦੇਖ ਲਵਾਂਗੇ। ਮੇਰੇ ਕੋਲ ਹੈਗੀ ਰਿਕਾਰਡਿੰਗ ਹੈਗੀ ਮੇਰੇ ਫੋਨ ਚ, ਕਹਿੰਦੇ ਤੂੰ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ QR ਆ, ਇਹਦੇ ਤੇ 20,000 ਰੁਪਇਆ ਪਾ ਦੇ। ਇਹ ਕਹਿੰਦਾ ਕਿ ਮੈਂ ਨੀ ਪਾ ਸਕਦਾ। ਇਹ ਕਹਿੰਦਾ 1 ਘੰਟੇ ਦਾ ਟਾਈਮ ਦਿਓ, ਮੇਰੇ ਕੋਲ ਅਜੇ ਨੀ ਹੈਗੀ, ਮੇਰੇ ਕੋਲ ਰਿਕਾਰਡਿੰਗ ਹੈਗੀ। 1 ਘੰਟੇ ਦਾ ਟਾਈਮ ਦਿਓ, ਮੇਰੇ ਕੋਲ ਅਜੇ ਨੀ ਹੈਗੀ। 1 ਘੰਟੇ ਬਾਅਦ ਫੋਨ ਆਇਆ, ਮੈਂ ਤੁਹਾਨੂੰ ਹੁਣ ਕਿਸੇ ਤੇ ਚੱਕ ਹੈਗਾ। ਉਹ ਕਹਿੰਦਾ ਕਿ ਘੰਟੇ, ਫਿਰ ਕਹਿੰਦਾ ਘੰਟੇ ਤੱਕ ਫਿਰ ਫੋਨ ਆਇਆ, ਕਹਿੰਦਾ ਨਹੀਂ ਪਾਏ ਵੈਸੇ ਕੋਈ ਨੀ, ਤੁਹਾਨੂੰ ਆਪੇ ਦੇਖ। ਤੁਹਾਨੂੰ ਕਿਸੇ ਤੇ ਸ਼ੱਕ ਆ? ਤੁਸੀਂ ਹੁਣ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ ਉਹ 8-10 ਦਿਨ ਪਹਿਲਾਂ। ਨਹੀਂ, ਹੁਣ ਤੁਸੀਂ ਕਹਿ ਰਹੇ ਹੋ ਮੈਨੂੰ ਫੋਨ ਆਇਆ ਅਮਨ ਦੀ ਹਸਪਤਾਲ ਵਾਲੀ ਛੱਡਾ ਲੱਗੀ। SHO ਸਰ ਦਾ ਮੈਡਮ ਤੁਹਾਨੂੰ ਕਿਸੇ ਤੇ ਹੁਣ ਸ਼ੱਕ ਹੈਗਾ? ਮੈਨੂੰ ਨੀ ਪਤਾ ਕੁਛ ਵੀ, ਮੇਰਾ ਮੁੰਡਾ ਸਵੇਰ ਤੋਂ ਮੇਰੇ ਨਾਲ ਆ, ਤੁਸੀਂ ਦੇਖ ਸਕਦੇ ਸਾਡੀਆਂ ਦੀਆਂ ਗੱਡੀ ਆਪਣੀ ਹੈ ਜੀ? ਕਿਹੜੀ ਗੱਡੀ ਹੈ ਜੀ? ਹੋਂਡਾ ਦੀ ਆ ਕੋਈ, ਦਿੱਲੀ ਨੰਬਰ, ਗ੍ਰੇ ਰੰਗ ਦੀ। ਹਾਂ, ਦਿੱਲੀ ਨੰਬਰ। ਹਾਂ, ਮੇਰੇ ਨਾਮ ਤੇ ਆ। 1 ਸਾਲ ਦਾ ਹੋਰ ਐਡਵਾਂਸ ਦਿੱਤਾ ਇਹਨੇ, ਕਿਤੇ ਵੀ ਤੇਨੇ ਲਾਇਆ ਦਾ ਵਿਆਜ ਦਾ, ਪਤਾ ਨੀ ਕੀ। ਉਹ ਨੀ ਚਾਹੀਦਾ, ਮੁੰਡਾ ਚਾਹੀਦਾ ਵਾ। ਰਾਜਵੀਰ ਸੇਠੀ ਨੇ ਸਵੇਨੂ ਨਾਂ ਦਾ ਲੜਕਾ ਜਿਹਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹੈ, ਜਿਹਦੀ ਡੈਡ ਬੋਡੀ ਸਾਡੇ ਕੋਲ ਹਸਪੀਟਲ ਚ ਮੌਜੂਦ ਆ। ਛੇਤੀ ਜਿਹੜੀਆਂ CCTV ਖੰਗਾਲੇ ਜਿਹੜੇ ਟੀਮਾਂ ਲੱਗੀਆਂ, ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਤਲਾਂ ਨੂੰ ਫੜ ਕੇ ਤੇ ਤੁਹਾਨੂੰ ਦੱਸ ਦਿੱਤਾ ਜਾਵੇਗਾ। ਕਿੱਥੇ ਕੀਤਾ ਗਿਆ ਇਹ? ਗੇਟ ਘੀਮਾ ਦੇ ਲਾਗੇ। ਕਿੱਥੇ? ਥਾਣੇ ਦੇ ਬਾਹਰ? ਥਾਣੇ ਦੇ ਲਾਗੇ। ਕਿਹੜੇ ਹਾਲਾਤਾਂ ਚ ਤੁਹਾਨੂੰ ਮਿਲਿਆ? ਇਹ ਜ਼ਖਮੀ ਹਾਲਾਤਾਂ ਚ ਲਿਆ, ਉਸ ਵੇਲੇ ਹੀ ਥਾਣੇ ਲਿਆ। ਗੋਲੀਆਂ ਲੱਗੀਆਂ ਜੀ ਇਹਦੇ? ਇੱਕ ਗੋਲੀ ਲੱਗੀ ਹੈ ਜੀ। ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਜੀ ਉਹਨਾਂ ਦੇ ਵੱਲੋਂ? ਸਿਰ ਚੜਾ ਤੇ ਇੱਕ ਗੋਲੀ ਲੱਗੀ ਹੈ ਨਹੀਂ? ਕਿਆ ਮਤਲਬ, ਕਿੰਨੇ ਗਨ ਫਾਇਰ ਹੋਏ, ਕੁਝ ਆਈਡੀਆ ਹੈ ਜੀ?
ਸਾਹਮਣੇ ਆਊਗਾ ਨਾ ਸਾਰਾ ਕੁਛ ਕੰਗਾਲ ਕੇ ਦੱਸਿਆ ਜਾਊਗਾ।